ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਜੀ ਸਾਰੇ ਵੀਰਾਂ ਦੇ ਸਭ ਤੋਂ ਪਹਿਲਾਂ ਤਾਂ ਚੈਨਲ ਦਾ WhatsApp ਨੰਬਰ ਕਰੋ ਜੀ ਨੋਟਸ ਸਕਰੀਨ ਤੇ ਬਰੇ ਜੇ ਕਿਸੇ ਵੀਰ ਨੇ ਕੋਠੀ ਦੀ ਮਕਾਨ ਦੀ ਗੱਡੀ ਦੀ ਮਸ਼ੀਨਰੀ ਦੀ ਐਡ ਕਰਾਉਣੀ ਹੈ ਜੀ ਵੇਚਣ ਵਾਸਤੇ ਤਾਂ ਮੇਰੇ ਜਿਹੜਾ ਨੰਬਰ ਆਪਣਾ ਸਕਰੀਨ ਤੇ ਲਿਖਿਆ ਆ ਰਿਹਾ ਜੀ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਦੋ ਤਿੰਨ ਮਿੰਟ ਦੀ ਵੀਡੀਓ ਬਾਕੀ ਦੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਆਪਣੇ WhatsApp ਨੰਬਰ ਤੇ ਸਾਰਾ ਕੁਝ ਭੇਜ ਕੇ ਐਡ ਤੁਸੀਂ ਕਰਵਾ ਸਕਦੇ ਹੋ ਇੱਕ ਬੇਨਤੀ ਹੈ ਜੀ ਜਦੋਂ ਕੋਈ ਵੀ ਗੱਡੀ ਮਸ਼ੀਨਰੀ ਆਪਣੇ ਕੋਲੇ ਭੇਜਦੇ ਜਿਹੜਾ ਉਹਨਾਂ ਦਾ ਰੇਟ ਆਫ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਿਆ ਕਰੋ ਅੱਗੇ ਆਪਾਂ ਕਰਦੇ ਹਾਂ ਜੀ ਗੱਡੀਆਂ ਦੀ ਗੱਲ ਆਪਣੇ ਕੋਲੇ ਬਹੁਤ ਸਾਰੀਆਂ ਗੱਡੀਆਂ ਨੇ ਸਭ ਤੋਂ ਪਹਿਲੀ ਗੱਡੀ ਆਪਣੇ ਕੋਲੇ ਪਹੁੰਚੀ ਹੈ ਜੀ 스ਵਿਫਟ ਡਿਜ਼ਾਇਰ ਪੈਟਰੋਲ ਵਰਜਨ ਗੱਡੀ ਹੈ ਜੀ ਦਿੱਲੀ ਨੰਬਰ ਹੈ ਜੀ 2016 ਮਾਡਲ ਗੱਡੀ ਹੈ ਪਹਿਲੇ ਨਾਮ ਹੈ ਜੀ ਤੇ ਫਤੇਗੜ ਸਾਹਿਬ ਗੱਡੀ ਖੜੀ ਆ 80 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਗੱਡੀ ਦੇ ਰੰਗ ਪੈੜ ਪੂਰਾ ਵਧੀਆ ਜੀ ਨੋਨ ਐਕਸੀਡੈਂਟ ਹੈ ਕੋਈ ਸੰਘਾਸ ਕਰੈਚ ਨਹੀਂ ਨਾ ਕੋਈ ਡੈਮੇਜ ਹੈ 335000 ਮਾਲਕ ਨੇ ਡਿਮਾਂਡ ਰੱਖੀ ਐ ਕਾਗਜ਼ ਪੱਤਰ A to Z ਕੰਪਲੀਟ ਨੇ ਕੋਈ ਦਿੱਕਤ ਨਹੀਂ ਇੰਜਨ ਗੇਅਰ ਵਧੀਆ AC ਹੀਟਰ ਵਧੀਆ ਸੀਟ ਕਵਰ ਵਧੀਆ ਨੇ ਕਿਸੇ ਪਾਸੇ ਕੋਈ ਪ੍ਰੋਬਲਮ ਨਹੀਂ ਤੇ ਮਾਲਕ ਦਾ ਨੰਬਰ ਕਰੋਜੀ ਨੋਟਸ ਸਕ੍ਰੀਨ ਤੇ ਜੀ 99884 97247 ਤੇ ਨਸਟ ਆਪਣੇ ਕੋਲੇ ਜਿਪਸੀ ਪਹੁੰਚੀ ਐ ਜੀ ਪੂਰਾ 2000 ਮਾਡਲ ਗੱਡੀ ਆ ਹਾ ਫਰੀਦਕੋਟ ਏਰੀਏ ਚੋਂ 85-85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਐ ਜੀ ਤੇ ਰੰਗ ਪੈਂ ਠੀਕ ਐ ਜੀ ਬਾਡੀ ਲਾਈਨ ਵੀ ਠੀਕ ਹੈ ਤੇ ਕਿਸੇ ਪਾਸੋਂ ਕੋਈ ਗਲੀ ਸੜੀ ਨਹੀਂ ਇੰਜਨ ਗੇਅਰ ਵੱਲੋਂ ਕੋਈ ਦਿੱਕਤ ਨਹੀਂ ਅਲਾਈ ਵੀ ਲੱਗੇ ਨਹੀਂ ਤੇ ਅੰਦਰੋਂ ਵੀ ਠੀਕ ਪਈ ਹੈ ਬਾਹਰੋਂ ਵੀ ਠੀਕ ਪਈ ਹੈ 85000 ਡਿਮਾਂਡ ਰੱਖੀ ਹੈ ਮਾਲਕ ਨੇ ਫਰੀਦਕੋਟ ਜਾ ਕੇ ਕਿਸੇ ਵੀ ਨੇ ਗੱਡੀ ਚੈੱਕ ਕਰਨੇ ਵੀ ਗੱਡੀ ਚੈੱਕ ਕਰ ਸਕਦੇ ਹਾਂ ਇੰਜਨ ਗੇਅਰ ਚੈੱਕ ਕਰ ਸਕਦੇ ਹਾਂ ਤੇ ਆਪਦੀ ਪੂਰੀ ਤਸੱਲੀ ਕਰਕੇ ਫਿਰ ਡੀਲ ਕਰ ਸਕਦੇ ਹੋ ਮਾਲਕ ਦਾ ਨੰਬਰ ਸਕਰੀਨ ਤੇ ਹੈ ਜੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਫੋਨ ਕਰ ਲਿਓ ਨੰਬਰ ਹੈ ਜੀ 99684 74801 ਇਨਾਂ ਨੂੰ ਫੋਨ ਕਰਕੇ ਤੁਸੀਂ ਤੇ ਜਾ ਕੇ ਦੇਖ ਕੇ ਤੇ ਡੀਲ ਗੱਡੀ ਦੀ ਕਰ ਲਓ ਜੀ ਨਸ਼ਟ ਆਪਣੇ ਕੋਲੇ ਵਰਨਾ ਗੱਡੀ ਪਹੁੰਚੀ ਹੈ ਜੀ 2010 ਮਾਡਲ ਗੱਡੀ ਹੈ ਜੀ ਦੂਜੇ ਨਾਮ ਹੈ ਜੀ ਪੰਜਾਬ ਨੰਬਰ ਹੈ ਜੀ ਤੇ 60 65 ਪੈਸੇ ਟੈਰਾਂ ਦੀ ਕੰਡੀਸ਼ਨ ਪਈ ਆ ਆ ਲੈ ਬਿਲ ਪੂਆ ਰੱਖਿਆ ਮਾਲਕ ਨੇ ਪੂਰੇ ਟੌਪ ਦੇ ਤੁਸੀਂ ਦੇਖੋਗੇ ਤੇ ਬਹੁਤ ਸੋਹਣੀ ਗੱਡੀ ਹੈ ਜੀ ਸਾਫ਼ ਪਈ ਹੈ ਬੇਸੇ ਵੀ ਤੇ ਰੰਗ ਪੈਟ ਪੂਰਾ ਜੇਨੂਮਨ ਹੈ ਜੀ ਕਿਸੇ ਪਾਸੋਂ ਬਾਦਚ ਰੰਗ ਪੈਟ ਗੱਡੀ ਨਹੀਂ ਹੋਈ ਜੀ ਤੇ ਹਲਕੇ ਜਿਹੇ ਸਕ੍ਰੈਚ ਬੰਪਰਾਂ ਤੇ ਹੋ ਸਕਦੇ ਆ ਜੀ 10 ਮਾਡਲ ਗੱਡੀ ਐ, ਓਲਡ ਮਾਡਲ ਆ। ਤੇ ਅੰਦਰੋਂ ਵੀ ਸਾਫ਼ ਪਈ ਐ ਜੀ। AC ਹੀਟਰ ਪੂਰਾ ਵਧੀਆ ਐ, ਇੰਜਨ ਗੇਅਰ ਵੱਲੋਂ ਕੋਈ ਦਿੱਕਤ ਨਹੀਂ। ਤੇ ਸਰਵਿਸ ਸੁਰ ਵੀ ਸਾਰੀ ਹੋਈ ਐ, 1 ਰੁਪਏ ਉੱਤੇ ਲਾਉਣ ਦੀ ਲੋੜ ਨਹੀਂ। ਘਰ ਦੀ ਗੱਡੀ ਐ ਜੀ, ਮਾਲਕ ਨੇ ਘਰ ਲਈ ਵਰਤੀ ਐ ਜੀ। ਤੇ ਮਾਲਕ ਕਹਿੰਦੇ ਸੀਗੇ ਰੇਟ ਅਸੀਂ ਫੋਨ ਤੇ ਦੱਸਾਂਗੇ। ਤੈਨਾਂ ਨੂੰ ਫੋਨ ਇੱਕ ਵਾਰੀ ਜ਼ਰੂਰ ਕਰ ਲਿਓ ਜੀ। ਤੇ ਮਾਲਕ ਵੀਰ ਦਾ ਨੰਬਰ ਕਰੋ ਜੀ ਨੋਟਸ ਸਕਰੀਨ ਤੇ ਜੀ ਨੰਬਰ ਐ 62849 29898 ਇਹਨਾਂ ਨੂੰ ਫੋਨ ਕਰਕੇ ਤੁਸੀਂ ਤੇ ਜਾ ਕੇ ਦੇਖ ਲਓ ਜੀ ਤੇ ਜਾ ਕੇ ਦੇਖ ਕੇ ਡੀਲ ਗੱਡੀ ਦੀ ਕਰ ਲਓ ਜੀ ਨਸ਼ਟ ਗੱਡੀ ਆਪਣੇ ਕੋਲੇ ਫੋਡਰਾਂ ਦੀ ਫਿਗੋ ਪਹੁੰਚੀ ਹੋ ਜੀ 2010 ਮਾਡਲ ਗੱਡੀ ਹੈ ਜੀ ਪੰਜਾਬ ਨੰਬਰ ਹੈ ਤੇ ਰੰਗ ਪੈੜ ਵੱਲੋਂ ਕੋਈ ਕਮੀ ਨਹੀਂ ਗੱਡੀ ਚ 96000 ਕਿਲੋਮੀਟਰ ਗੱਡੀ ਚੱਲੀ ਹੈ ਜੀ ਤੇ ਅਲਾਈ ਵੀ ਲੱਗੇ ਨੇ 70 75 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਜੀ ਤੇ ਕਿਸੇ ਪਾਸੋਂ ਐਕਸੀਡੈਂਟ ਨਹੀਂ ਹੋਈ ਗੱਡੀ ਨਾ ਕੋਈ ਡੈਂਟ ਹੈ ਜੀ ਬਾਕੀ ਸਕ੍ਰੈਚ ਬੰਪਰਾਂ ਤੇ ਹੈਗੇ ਜੀ ਹਲਕੇ ਜਿਹੀ ਲੁਧਿਆਣਾ ਗੱਡੀ ਖੜੀ ਆਹਾ ਡਿਮਾਂਡ ਰੱਖੀ ਗਈ ਹੈ 1 ਲੱਖ 40 ਹਜ਼ਾਰ ਜੀ 1 40 ਡਿਮਾਂਡ ਹੈ ਕਾਗਜ਼ ਪੱਤਰ ਹੈਗੇ ਜੀ ਪਾਸਿੰਗ ਪਈ ਹੈ ਤੇ ਆਰ ਸੀ ਨਾਲ ਹੈ ਜੀ ਸਾਰਾ ਕੁਝ ਕੰਪਲੀਟ ਹੈ ਕਿਸੇ ਪਾਸੋਂ ਕੋਈ ਦਿੱਕਤ ਨਹੀਂ ਵਧੀਆ ਕੰਡੀਸ਼ਨ ਦੀ ਘਰ ਦੀ ਗੱਡੀ ਹੈ ਜੀ ਤੇ ਲੋਡ ਕਰਕੇ ਵਿਕਾਊ ਹੈ ਜੀ ਤੇ 1 40 ਡਿਮਾਂਡ ਹੈ ਬਾਕੀ ਤੁਸੀਂ ਫੋਨ ਕਰ ਲਿਓ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰੋ 96465 ਤੇ 61069 ਇਨਾਂ ਨੂੰ ਇਸੇ ਨੰਬਰ ਤੇ ਫੋਨ ਕਰ ਲਿਓ ਜੀ ਤੇ ਜਾ ਕੇ ਦੇਖ ਕੇ ਡੀਲ ਗੱਡੀ ਦੀ ਕਰ ਸਕਦੋਂ ਜੀ ਬਾਕੀ ਨੰਬਰ ਸਕਰੀਨ ਤੇ ਹੈ ਜੀ ਕਨਫਰਮ ਇੱਕ ਵਾਰੀ ਜ਼ਰੂਰ ਕਰ ਲਿਆ ਕਰੋ ਜੀ ਤੇ ਨਸ਼ਟ ਗੱਡੀ ਆਪਣੇ ਕੋਲੇ ਪਹੁੰਚੀ ਹੈ ਜੀ ਸਵਿਫਟ ਡੈਜ਼ਰ ਜੀ 2009 ਮਾਡਲ ਗੱਡੀ ਹੈ ਜੀ ਤੇ 2024 ਤੱਕ ਗੱਡੀ ਦੀ ਪਾਸਿੰਗ ਪਈ ਹੈ ਜੀ ਕਪੂਰਥਲਾ ਮਾਲਕਬੀਰ ਧੈਰੀਆ ਜੀ ਅਲਾਈ ਵੀ ਲੱਗੇ ਨਹੀਂ ਤੇ ਟਾਇਰ ਬਿਲਕੁਲ ਨਵੇਂ ਨੇ ਰੰਗ ਪੈਂਟ ਜੈਨੂਇਨ ਹੈ ਜੀ ਕਿਸੇ ਪਾਸੋਂ ਰੰਗ ਪੈਂਟ ਨਹੀਂ ਹੋਈ ਨਾ ਕੋਈ ਐਕਸੀਡੈਂਟ ਹੋਈ ਹੈ ਨਾ ਕੋਈ ਡੈਮੇਜ ਹੈ ਵਧੀਆ ਕੰਡੀਸ਼ਨ ਦੀ ਸਾਫ ਗੱਡੀ ਹੈ ਜੀ ਬਾਕੀ ਟਾਪ ਦੇ ਸੀਟ ਕਵਰ ਹੈ ਜੀ ਤੇ ਮੈਟਿੰਗ ਨਵੀਂ ਹੋਈ ਹੈ ਜੀ ਮਿਊਜ਼ਿਕ ਸਿਸਟਮ ਵਧੀਆ ਹੈ ਏਸੀ ਹੀਟਰ ਪੂਰਾ ਵਧੀਆ ਹੈ ਕਿਸੇ ਪਾਸੋਂ ਕੋਈ ਲੱਗੀ ਨਹੀਂ ਗੱਡੀ ਇੰਜਨ ਗੇਅਰ ਵੱਲੋਂ ਕੋਈ ਦਿੱਕਤ ਨਹੀਂ ਇੰਜਨ ਗੇਰ ਬਿਲਕੁਲ ਸਾਫ਼ ਹੈ ਜੀ ਵਧੀਆ ਸਾਇਲੈਂਟ ਇੰਜਨ ਗੇਰ ਹੈ ओरिजिनल ਚਾਬੀਆਂ ਨਾਲ ਨੇ ਪਹਿਲੇ ਸਾਲ ਗੱਡੀ ਸਟਾਰਟ ਹੈ ਜੀ ਤੇ ਘਰ ਦੀ ਗੱਡੀ ਹੈ ਜੀ ਘਰ ਲਈ ਵਰਤੀ ਹੋਈ ਹੈ 225 ਡਿਮਾਂਡ ਇੱਕ ਪੂਰਥ ਲਈ ਖੜੀ ਹੈ ਗੱਡੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰ ਲਓ ਨੰਬਰ ਹੈ ਜੀ 81468 37419 ਇਹਨਾਂ ਨੂੰ ਫੋਨ ਕਰਕੇ ਤੁਸੀਂ ਤੇ ਜਾ ਕੇ ਦੇਖ ਲਓ ਜੀ ਤੇ ਜਾ ਕੇ ਦੇਖ ਕੇ ਡੀਲ ਗੱਡੀ ਦੀ ਕਰ ਲਓ ਜੀ ਬਾਕੀ ਇੱਕ ਵਾਰੀ ਫੋਨ ਤੇ ਤੁਸੀਂ ਰੇਟ ਵਗੈਰਾ ਸਾਰਾ ਕੁਝ ਜ਼ਰੂਰ ਪੁੱਛ ਲਿਆ ਕਰੋ ਇਹ ਵੀ ਪੁੱਛ ਲਿਆ ਕਰੋ ਗੱਡੀ ਸੇਲ ਤਾਂ ਨਹੀਂ ਹੋਈ ਜੀ ਤੇ ਫੇਰ ਜਾਇ ਕਰੋ ਜੀ ਤੇ ਇੱਕ ਵਾਰੀ ਫਿਰ ਤੋਂ ਕਹਿ ਦਿੰਨਾ ਜੀ ਸਾਰੇ ਵੀਰਾਂ ਨੂੰ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਮਸ਼ੀਨਰੀ ਕੁਝ ਵੀ ਭੇਜ ਦੋ ਜੀ ਵੇਚਣ ਵਾਸਤੇ ਜਿਹੜੇ ਗੱਡੀਆਂ ਦਾ ਰੇਟ ਹੁੰਦਾ ਜੀ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਿਆ ਕਰਉਂ ਚੀ ਜਿਆਦਾ ਰੇਟ ਲਾ ਕੇ ਨਾ ਭੇਜ ਕਰੋ ਉਸ ਚੀ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਰੇਟ ਜ਼ਿਆਦਾ ਹੁੰਦਾ ਮਸ਼ੀਨਰੀ ਨਹੀਂ ਵਿਗਦੀ ਤੇ ਉਸ ਚੀ ਦਾ ਕੋਈ ਵੀ ਫਾਇਦਾ ਵੀ ਨਹੀਂ ਹੁੰਦਾ ਰੇਟ ਜ਼ਿਆਦਾ ਲਈ ਤਾਂ ਤੇ ਜਿੰਨੇ ਮੇਰੇ ਵੀਰ ਪਹਿਲੀ ਵਾਰ ਆਏ ਆਪਣੇ ਚੈਨਲ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਵੀਡੀਓ ਦੇਖਣਾ ਪਸੰਦ ਕਰਦੋ ਜੀ ਤਾਂ ਥੱਲੇ ਇੱਕ ਰੈੱਡ ਕਲਰ ਦਾ ਬਟਨ ਹੋਊਗਾ ਜਿੱਤੇ ਸਬਸਕ੍ਰਾਈਬ ਲਿਖਿਆ ਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਆਲਟ ਸੈਟ ਕਰਕੇ ਕਲਿੱਕ ਕਰ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ। ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ। ਅੱਗੇ ਆਪਾਂ ਹੁਣ ਗੱਡੀ ਦੀ ਗੱਲ ਕਰਾਂਗੇ ਜੀ। ਆਪਣੇ ਕੋਲੇ ਸਵਿਫਟ ਡਿਜ਼ਾਇਰ ਗੱਡੀ ਪਹੁੰਚੀ ਹੋ ਜੀ। 2015 ਮਾਡਲ ਤੇ 90000 ਕਿਲੋਮੀਟਰ ਗੱਡੀ ਚੱਲੀ ਹੈ ਜੀ। 4 ਲੱਖ 80000 ਦੀ ਡਿਮਾਂਡ ਚ ਤੇ ਫਤਿਹਗੜ੍ਹ ਸਾਹਿਬ ਗੱਡੀ ਖੜੀ ਹੈ। ਦੂਜੇ ਨਾਮ ਹੈ ਜੀ ਨਮੇਟਾ ਰਾਂਚਾ। ਗੱਡੀ ਵਧੀਆ ਜੀ ਰੰਗ ਪਣ ਵਧੀਆ। ਟਾਇਰ ਵਧੀਆ ਪਈ ਨੇ ਇੰਜਨ ਗੇਅਰ ਵੱਲੋਂ ਕੋਈ ਦਿੱਕਤ ਨਹੀਂ ਅੰਦਰੋਂ ਵਧੀਆ ਪਈ ਹੈ ਗੱਡੀ ਏਸੀ ਹੀਟਰ ਪੂਰਾ ਵਧੀਆ ਹੈ ਨੋਨ ਐਕਸੀਡੈਂਟ ਹੈ ਜੀ ਬਾਕੀ ਸਕਰੈਚ ਹਲਕੇ ਜਿਹੇ ਤੁਹਾਨੂੰ ਮਿਲ ਸਕਦੇ ਆ ਜੀ ਬਾਕੀ ਡੈਮੇਜ ਕਿਸੇ ਪਾਸੋਂ ਹੈ ਨਹੀਂ ਗੱਡੀ ਇੰਜਨ ਗੇਅਰ ਸਾਇਲੈਂਟ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੰਭਾ ਵਿੱਚ ਮਾਲਕ ਨੇ ਗੱਡੀ ਰੱਖੀ ਹੈ 480 ਡਿਮਾਂਡ ਰੱਖੀ ਹੈ ਮਾਲਕ ਨੇ ਬਾਕੀ ਮਾਲਕ ਕਹਿੰਦੇ ਸੀਗਾ ਮੌਕੇ ਤੇ ਘਾਟਾ ਵਾਦਾ ਕਰ ਲਾਂਗੇ ਇੱਕ ਵਾਰੀ ਡਿਮਾਂਡ ਹੈ ਜੀ ਫਤਿਹਗੜ ਸਾਹਿਬ ਜਾ ਕੇ ਤੁਸੀਂ ਚੱਕ ਵੀ ਕਰ ਸਕਦੇ ਹੋ ਗੱਡੀ ਨੂੰ ਚਾ ਲਾ ਕੇ ਆਪਦੀ ਪੂਰੀ ਤਸੱਲੀ ਕਰਕੇ ਫਿਰ ਗੱਡੀ ਦੀ ਡੀਲ ਕਰ ਸਕਦੇ ਹੋ ਦੂਜੇ ਨਾਮ ਗੱਡੀ ਹੈ ਜੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰੋ ਨੰਬਰ ਹੈ ਜੀ 99880 80 095 ਫੋਨ ਕਰਕੇ ਤੁਸੀਂ ਤੇ ਜਾ ਕੇ ਦੇਖ ਲਓ ਤੇ ਜਾ ਕੇ ਦੇਖ ਕੇ ਡੀਲ ਕਰ ਸਕਦੇ ਹੋ ਜੀ ਤੇ ਨੈਸਟ ਆਪਣੇ ਕੋਲੇ ਟਾਟਾ ਲੈਂਡੀਸਫਰੀ ਗੱਡੀ ਪਹੁੰਚੀ ਹੈ ਜੀ 2010 ਮਾਡਲ ਗੱਡੀ ਹੈ ਜੀ ਤੇ ਅਲਾਏ ਲੱਗੇ ਨੇ ਟਾਇਰ ਵਧੀਆ ਪਾਈ ਨੇ 85 85 ਸੀਟ ਕਾ ਵਧੀਆ ਨਹੀਂ ਇਹ ਸੀਟਰ ਵਧੀਆ ਜੀ ਸਾਰੀ ਗੱਡੀ ਪਾਵਰ ਹੈ 195 ਮਾਲਕ ਨੇ ਡਿਮਾਂਡ ਰੱਖਿਆ 10 ਮਾਡਲ ਗੱਡੀ ਹੈ ਜੀ ਤੇ ਜੰਡੇ ਵਾਲਾ ਗੁਰੂ ਮਾਲਕ ਵੀਰ ਦਾ ਏਰੀਆ ਚ 8585 ਟਾਇਰ ਨਹੀਂ ਮੈਟਿੰਗ ਵਧੀਆ ਹੋਈ ਹੈ ਗੱਡੀ ਵਧੀਆ ਜੀ ਚਲਾਉਣ ਚ ਕੋਈ ਦਿੱਕਤ ਨਹੀਂ ਇੰਜਨ ਗੇਅਰ ਵੱਲੋਂ ਕੋਈ ਦਿੱਕਤ ਨਹੀਂ ਵਧੀਆ ਕੰਡੀਸ਼ਨ ਦੀ ਗੱਡੀ ਹੈ ਜੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰੋ ਨੰਬਰ ਹੈ ਜੀ 81468 ਤੇ 37419 ਇਹਨਾਂ ਨੂੰ ਫੋਨ ਕਰ ਲਿਓ ਤੁਸੀਂ ਤੇ ਜਾ ਕੇ ਦੇਖ ਕੇ ਜਾ ਕੇ ਦੇਖ ਕੇ ਡੀਲ ਕਰ ਲਿਓ ਜੀ ਨੈਸਟ ਗੱਡੀ ਆਪਣੇ ਕੋਲੇ ਮਰੂਤੀ 800 ਪਈ ਹੈ ਜੀ ਪੂਰਾ 2000 ਮਾਡਲ ਗੱਡੀ ਹੈ ਜੀ ਗੱਡੀ ਦੀ ਕੰਡੀਸ਼ਨ ਵਧੀਆ ਪਈ ਹੈ ਜੀ ਤੇ 2000 ਮਾਡਲ ਹੈ ਚਲਾਉਣ ਚ ਕੋਈ ਦਿੱਕਤ ਨਹੀਂ ਪਹਿਲੇ ਸਾਲ ਫ ਗੱਡੀ ਸਟਾਰਟ ਆਪ ਵਧੀਆ ਬੈਟਰੀ ਹੈ ਜੀ ਤੇ 40 45 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਬਾਡੀ ਲਾਈਨ ਵੀ ਠੀਕ ਹੈ ਤੇ ਕਿਸੇ ਪਾਸੇ ਕੋਈ ਗਲੀ ਸੜੀ ਹੈ ਨਹੀਂ ਜੀ ਵਧੀਆ ਕੰਡੀਸ਼ਨ ਹੈ ਜੀ ਟਾਇਰ ਵੀ ਠੀਕ ਪਈ ਨਹੀਂ ਗੱਡੀ ਵੀ ਠੀਕ ਪਈ ਹੈ ਇੰਜਣ ਗਿਰ ਬਲੋ ਕੋਈ ਦਿੱਕਤ ਨਹੀਂ ਸੀਡ ਕਰ ਵਧੀਆ ਨਹੀਂ ਤੇ ਸਰਵਿਸ ਸਰਵਿਸ ਹੋਈ ਹੈ ਜੀ ਵਧੀਆ ਚੱਲਦੀ ਹੈ ਮਾਲਕ ਨੇ ਡਿਮਾਂਡ ਬਹੁਤ ਘੱਟ ਰੱਖੀ ਗਈ ਹੈ ਜੀ ਇਹਦੀ ਗੱਡੀ ਦੀ 18000 ਕੁੱਲ ਡਿਮਾਂਡੇ ਜੀ 18 ਜਾਂ ਡਿਮਾਂਡੇ ਤੇ 2000 ਮਾਡਲ ਗੱਡੀ ਹੈ ਤੇ ਬਾਕੀ ਮਾਲਕ ਨੇ ਏਰੀਆ ਦੱਸਿਆ ਨੇ ਉਹਨੂੰ ਫੋਨ ਕਰਕੇ ਤੁਸੀਂ ਪੁੱਛ ਲਿਓ ਜੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰ ਲਓ ਨੰਬਰ ਹੈ ਜੀ 98155 77500 24 ਇਹਨਾਂ ਨੂੰ ਫੋਨ ਕਰ ਲਿਓ ਤੁਸੀਂ ਜਾ ਕੇ ਦੇਖ ਲਿਓ ਤੇ ਜਾ ਕੇ ਦੇਖ ਕੇ ਡੀਲ ਘੱਡੀ ਦੀ ਕਰ ਲੂਜੀ। ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਜੀ ਕਮੈਂਟ ਕਰਕੇ ਵੀਡੀਓ ਵਧੀਆ ਲੱਗਿਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ। ਬਾਕੀ ਮਿਲਦੇ ਆਂ ਜੀ ਜਲਦੀ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਗੱਡੀਆਂ ਮਸ਼ੀਨਰੀਆਂ ਦੇ ਨਾਲ ਜੀ ਜੁੜੇ ਰਹੋ ਜੀ ਤੁਹਾਡੇ ਆਪਣੇ ਆਪ ਦੇ ਚੈਨਲ ਦੇ ਨਾਲ ਆ ਤੇ ਮਿਲਦੇ ਆਂ ਜੀ ਜਲਦੀ।